ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਆ ਜੀ ਚੈਨਲ ਜੁਗਲੂ ਐਜੂਕੇਸ਼ਨ ਵਿੱਚ। ਜਿਹੜੀ ਆਪਾਂ ਅੰਗਰੇਜ਼ੀ ਸਿੱਖੋ ਵਾਲੀ ਸੀਰੀਜ਼ ਚਲਾਈ ਹੋਈ ਹੈ, ਅੱਜ ਉਹਦੇ ਆਪਾਂ 14ਵੇਂ ਦਿਨ 'ਚ ਆ ਚੁੱਕੇ ਹਾਂ। ਜਿਨ੍ਹਾਂ ਨੇ ਹਜੇ ਤੱਕ ਪਿਛਲੀਆਂ ਵੀਡੀਓਜ਼ ਨਹੀਂ ਦੇਖੀਆਂ, ਉਹ ਇੱਕ ਵਾਰ ਪਿਛਲੀਆਂ ਵੀਡੀਓਜ਼ ਜ਼ਰੂਰ ਦੇਖ ਲਓ ਤਾਂ ਕਿ ਤੁਸੀਂ ਆਪਣੇ ਨਾਲ ਰਲ ਜਾਓ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈਗਾ ਤਾਂ ਇੱਕ ਛੋਟਾ ਜਿਹਾ ਟੌਪਿਕ ਹੈ, ਪਰ ਹੈਗਾ ਬਹੁਤ ਹੀ ਇੰਪੋਰਟੈਂਟ ਅਤੇ ਬਹੁਤ ਹੀ ਘੈਂਟ ਹੈ। ਇਹ ਵੀ ਆਪਾਂ ਨੂੰ ਇੱਕ ਕਮੈਂਟ ਪ੍ਰਾਪਤ ਹੋਇਆ ਸੀਗਾ ਵੀਰ ਦਾ, ਅਤੇ ਇਸ ਲਈ ਆਪਾਂ ਸੋਚਿਆ ਵੀ ਇਸ 'ਤੇ ਵੀਡੀਓ ਜ਼ਰੂਰ ਬਣਾਉਣੀ ਚਾਹੀਦੀ ਹੈ। ਸ਼ੁਰੂ ਕਰਦੇ ਹਾਂ ਆਪਾਂ। ਫਿਊ, ਆ ਫਿਊ ਅਤੇ ਦਾ ਫਿਊ, ਇਹਨਾਂ ਦੇ ਵਿੱਚ ਫਰਕ ਕੀ ਹੁੰਦਾ? ਇਸੇ ਤਰੀਕੇ ਦੇ ਨਾਲ ਤੁਸੀਂ ਐਂ ਵੀ ਕਹਿ ਸਕਦੇ ਹੋ ਲਿਟਲ, ਠੀਕ ਹੈ ਜੀ, ਆ ਲਿਟਲ ਅਤੇ ਦਾ ਲਿਟਲ। ਜਿਹੜਾ ਰੂਲ ਆਪਾਂ ਆ ਫਿਊ, ਦਾ ਫਿਊ ਅਤੇ ਇਕੱਲੇ ਫਿਊ ਲਈ ਕਰਾਂਗੇ, ਉਹੀ ਲਿਟਲ ਲਈ ਲਾਗੂ ਹੋਊਗਾ। ਇਸ ਕਰਕੇ ਅੱਜ ਆਪਾਂ ਇਕੱਲਾ ਫਿਊ, ਆ ਫਿਊ ਅਤੇ ਦਾ ਫਿਊ ਹੀ ਪੜ੍ਹਦੇ ਹਾਂ ਵੀ ਕਿੱਥੇ ਅਸੀਂ ਫਿਊ ਲਾਇਆ ਹੁੰਦਾ, ਕਿੱਥੇ ਆ ਫਿਊ ਲਾਇਆ ਹੁੰਦਾ, ਕਿੱਥੇ ਦਾ ਫਿਊ ਲਾਇਆ ਹੁੰਦਾ। ਪਹਿਲਾਂ ਤਾਂ ਆਪਾਂ ਫਿਊ ਅਤੇ ਲਿਟਲ ਦਾ ਮਤਲਬ ਸਮਝਦੇ ਹਾਂ। ਫਿਊ ਦਾ ਮਤਲਬ ਹੁੰਦਾ, ਇਹ ਤਾਂ ਮੈਨੂੰ ਲੱਗਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ, ਫਿਊ ਦਾ ਮਤਲਬ ਹੁੰਦਾ ਘੱਟ ਜਾਂ ਬਹੁਤ ਘੱਟ, ਠੀਕ ਹੈ ਜੀ, ਵੀ ਘੱਟ ਗਿਣਤੀ 'ਚ, ਘੱਟ ਮਾਤਰਾ 'ਚ। ਜਦੋਂ ਅਸੀਂ ਘੱਟ ਗਿਣਤੀ ਜਾਂ ਘੱਟ ਮਾਤਰਾ ਦੀ ਗੱਲ ਕਰਨੀ ਹੋਵੇ ਤਾਂ ਅਸੀਂ ਫਿਊ ਜਾਂ ਲਿਟਲ ਯੂਜ਼ ਕਰਦੇ ਹਾਂ, ਠੀਕ ਹੈ ਜੀ, ਫਿਊ ਜਾਂ ਲਿਟਲ। ਹੁਣ ਆਪਾਂ ਇਹ ਕਰਦੇ ਹਾਂ ਵੀ ਫਿਊ ਕਿੱਥੇ ਵਰਤਣਾ, ਲਿਟਲ ਕਿੱਥੇ ਵਰਤਣਾ। ਫਿਊ ਤਾਂ ਆਪਾਂ ਉਹਨਾਂ ਚੀਜ਼ਾਂ ਨਾਲ ਵਰਤਣਾ ਗਾ ਜਿਨ੍ਹਾਂ ਨੂੰ ਅਸੀਂ ਗਿਣ ਸਕਦੇ ਹੋਈਏ, ਮਤਲਬ ਜਿਨ੍ਹਾਂ ਚੀਜ਼ਾਂ ਦੀ ਗਿਣਤੀ ਕੀਤੀ ਜਾ ਸਕੇ। ਲਿਟਲ ਉਹਨਾਂ ਨਾਲ ਲੱਗਦਾ ਹੁੰਦਾ ਜਿਨ੍ਹਾਂ ਨੂੰ ਅਸੀਂ ਮਿਣਦੇ ਹੁੰਦੇ ਹਾਂ, ਮਿਣ ਤੋਂ ਭਾਵ ਤੋਲਦੇ ਹੁੰਦੇ ਹਾਂ ਜਾਂ ਉਹਨਾਂ ਦੀ ਲੰਬਾਈ ਮਾਪਦੇ ਹੁੰਦੇ ਹਾਂ, ਇਹ ਸਾਰਾ ਕੁਛ ਕਰਦੇ ਹੁੰਦੇ ਹਾਂ। ਸਿੱਧਾ ਜਿਹਾ ਫੰਡਾ ਗਾ, ਬਾਹਲਾ ਦਿਮਾਗ 'ਤੇ ਬੋਝ ਪਾਉਣ ਦੀ ਲੋੜ ਨਹੀਂ। ਫਿਊ ਆਪਾਂ ਇੱਕ ਕੰਮ ਕਰ ਲਓ, ਡੈਸ਼ ਖਿੱਚ ਲਓ ਅਤੇ ਮਗਰ ਜਿਹੜੀ ਵੀ ਤੁਸੀਂ ਚੀਜ਼ ਦੇ ਅੱਗੇ ਫਿਊ ਜਾਂ ਲਿਟਲ ਲਾਉਣਾ ਉਹ ਲਿਖ ਲਓ ਤੁਸੀਂ, ਠੀਕ ਹੈ ਜੀ। ਹੁਣ ਜੇਕਰ ਤੁਸੀਂ ਉਹ ਚੀਜ਼ ਦੇ ਅੱਗੇ ਇੱਕ ਤੋਂ ਲੈ ਕੇ ਜਿਹੜੀ ਗਿਣਤੀ ਹੁੰਦੀ ਆ ਅੱਗੇ ਤੱਕ ਉਹ ਲਿਖਦੇ ਹੋ ਅਤੇ ਉਹ ਲਿਖਿਆ ਹੋਇਆ ਤੁਹਾਨੂੰ ਠੀਕ ਲੱਗਦਾ ਹੈ ਵੀ ਇਹ ਸਹੀ ਲਿਖਿਆ, ਇੱਕ ਐਪਲ ਵੀ ਹੁੰਦਾ, ਦੋ ਐਪਲਸ ਵੀ ਹੁੰਦੇ ਆ, ਤਿੰਨ ਐਪਲਸ ਵੀ ਹੁੰਦੇ ਆ, ਸਹੀ ਲੱਗਦਾ ਨਾ ਤੁਹਾਨੂੰ, ਇਸ ਕਰਕੇ ਆਪਾਂ ਇੱਥੇ ਫਿਊ ਲਾਵਾਂਗੇ, ਮਤਲਬ ਇਹ ਗਿਣ ਸਕਦੇ ਹਾਂ ਆਪਾਂ, ਉੱਥੇ ਫਿਊ ਲੱਗੂਗਾ। ਬਸ ਤੁਸੀਂ ਕੋਈ ਵੀ ਤੁਹਾਨੂੰ ਫੀਲਿੰਗ ਦਾ ਬਲੈਂਕਸ ਆ ਗਈ ਉਹਦੇ ਵਿੱਚ ਤੁਸੀਂ ਪਹਿਲਾਂ ਗਿਣਤੀ ਭਰ ਕੇ ਦੇਖ ਲੈਣੀ ਆ, 4, 5, 6 ਕੁਛ ਵੀ, ਜਦੋਂ ਦੇਖਣਾ ਵੀ ਹਾਂ ਗੱਲ ਬਣ ਗਈ ਤਾਂ ਉੱਥੇ ਫਿਊ ਲਾ ਦਿਉ, ਅਤੇ ਜੇ ਗੱਲ ਨਾ ਬਣੀ ਤਾਂ ਉੱਥੇ ਲਿਟਲ ਲਾ ਦਿਉ। ਜਿਵੇਂ ਇੱਥੇ ਸ਼ੂਗਰ, ਵਾਟਰ ਜਾਂ ਮਣੀ, ਕੁਛ ਵੀ, ਜੇ ਆਪਾਂ ਇੱਕ ਸ਼ੂਗਰ ਲਿਖਤਾ ਗੱਲ ਬਣੀ ਨਹੀਂ, ਇਸ ਕਰਕੇ ਲਿਟਲ ਆਊਗਾ। ਜੇ ਆਪਾਂ ਇੱਥੇ ਦੋ ਵਾਟਰ ਲਿਖਤਾ ਗੱਲ ਬਣੀ ਨਹੀਂ, ਇਸ ਕਰਕੇ ਲਿਟਲ ਆਊਗਾ, ਕਿਉਂਕਿ ਇਹਨਾਂ ਨੂੰ ਆਪਾਂ ਜਾਂ ਤੋਲ ਸਕਦੇ ਹਾਂ ਜਾਂ ਮਿਣ ਸਕਦੇ ਹਾਂ ਜਾਂ ਮਾਪ ਸਕਦੇ ਹਾਂ। ਉਹਨਾਂ ਚੀਜ਼ਾਂ ਦੇ ਨਾਲ ਤਾਂ ਲਿਟਲ ਲਾਉਣਾ, ਜਿਹੜੀਆਂ ਗਿਣ ਸਕਦੇ ਉਹਨਾਂ ਦੇ ਨਾਲ ਫਿਊ ਲਾਉਣਾ, ਠੀਕ ਹੈ ਜੀ। ਹੋ ਗਈ ਇਹ ਤਾਂ ਗੱਲ ਕਲੀਅਰ ਲਿਟਲ ਅਤੇ ਫਿਊ ਦੀ। ਹੁਣ ਅੱਗੇ ਆਪਾਂ ਇਹਨਾਂ ਦੀਆਂ ਤਿੰਨ ਤਿੰਨ ਕਿਸਮਾਂ ਕਰਦੇ ਹਾਂ, ਫਿਊ, ਆ ਫਿਊ ਅਤੇ ਦਾ ਫਿਊ। ਬੜਾ ਇਹ ਵੀ ਮਜ਼ੇਦਾਰ ਘੈਂਟ ਜਿਹਾ ਟੌਪਿਕ ਆ, ਬੋਰਡ 'ਤੇ ਬਸ ਨਿਗਾਹ ਗੜਾ ਕੇ ਰੱਖਿਓ, ਨਿਗਾਹ ਗੱਡ ਕੇ ਰੱਖਿਓ। ਅੱਜ ਤੁਸੀਂ ਜੇ ਇਹਦੇ ਪੂਰੀ ਧਿਆਨ ਨਾਲ ਪੂਰੀ ਨਿਗਾਹ ਲਾ ਕੇ ਦੇਖ ਲਿਆ ਤਾਂ ਤੁਹਾਨੂੰ ਕਦੇ ਵੀ ਇਹਦੇ ਵਿੱਚ ਫਰਕ ਭੁੱਲਣਾ ਨਹੀਂ। ਸਭ ਤੋਂ ਪਹਿਲਾਂ ਤਾਂ ਆ ਗਿਆ ਸਾਡੇ ਕੋਲ ਫਿਊ, ਆਪਾਂ ਇੱਕ ਵਾਕ ਬਣਾ ਲਿਆ, ਆਈ ਐਮ ਹੈਵਿੰਗ ਫਿਊ ਬਨਾਨਾਸ। ਹੁਣ ਆ ਗਿਆ ਸਾਡੇ ਕੋਲ ਆ ਫਿਊ, ਆਈ ਐਮ ਹੈਵਿੰਗ ਆ ਫਿਊ ਬਨਾਨਾਸ। ਹੁਣ ਆ ਗਿਆ ਸਾਡੇ ਕੋਲ ਦਾ ਫਿਊ, ਆਈ ਹੈਵ ਈਟਨ ਦਾ ਫਿਊ ਬਨਾਨਾਸ ਆਈ ਹੈਡ। ਪਹਿਲੀ ਗੱਲ ਤਾਂ ਫਿਊ ਲਾਤਾ ਚਾਹੇ ਆ ਫਿਊ ਲਾਤਾ ਚਾਹੇ ਦਾ ਫਿਊ ਲਾਤਾ, ਤਿੰਨੇ ਹੀ ਠੀਕ ਹੁੰਦੇ ਨੇ, ਇਹਨਾਂ ਦੇ ਵਿੱਚ ਕੋਈ ਵੀ ਗ੍ਰਾਮੈਟੀਕਲ ਮਿਸਟੇਕ ਨਹੀਂ ਹੈ। ਫਰਕ ਕਿੱਥੇ ਹੈ? ਫਰਕ ਆ ਸਿਰਫ ਫੀਲਿੰਗ ਦਾ। ਪਹਿਲਾਂ ਆਪਾਂ ਇਹਨਾਂ ਦੋਨਾਂ 'ਚ ਕਰਾਂਗੇ ਫਰਕ ਕੀ ਆ। ਜਦੋਂ ਤੁਸੀਂ ਇਕੱਲਾ ਫਿਊ ਕਹੋ ਤਾਂ ਉੱਥੇ ਤੁਸੀਂ ਜਿਹੜੀ ਤੁਹਾਡੀ ਫੀਲਿੰਗ ਹੁੰਦੀ ਆ ਉਹ ਨੈਗੇਟਿਵ ਹੁੰਦੀ ਆ ਥੋੜ੍ਹੀ ਜੀ, ਠੀਕ ਹੈ ਜੀ, ਤੁਸੀਂ ਨੈਗੇਟਿਵ ਫੀਲਿੰਗ 'ਚ ਕਹਿੰਦੇ ਹੋ, ਉੱਥੇ ਇਕੱਲਾ ਫਿਊ ਲੱਗਦਾ। ਹੁਣ ਮੰਨ ਲਓ ਆਪਾਂ ਇੱਕ ਗੱਲ ਕਰਦੇ ਹਾਂ, ਤੁਸੀਂ ਕਲਾਸ 'ਚ ਬੈਠੇ ਹੋ, ਬਾਹਰ ਬੈਠੇ ਹੋ, ਕਿਤੇ ਬੈਠੇ ਹੋ, ਕੋਈ ਬੰਦਾ ਕਹਿੰਦਾ ਯਾਰ ਮੈਨੂੰ ਭੁੱਖ ਬੜੀ ਲੱਗੀ ਪਈ ਹੈ, ਤੁਹਾਡੇ ਨਾਲ ਦਾ ਕੋਈ ਇੱਕ ਉੱਤਰ ਦਿੱਤਾ, ਸਭ ਤੋਂ ਪਹਿਲਾਂ ਉੱਤਰ ਆਇਆ, ਤੁਸੀਂ ਉੱਤਰ ਦਿੱਤਾ ਆਈ ਐਮ ਹੈਵਿੰਗ ਫਿਊ ਬਨਾਨਾਸ, ਇਹਦਾ ਮਤਲਬ ਕੀ ਹੋ ਗਿਆ? ਉਹ ਕਹਿੰਦਾ ਮੇਰੇ ਕੋਲ ਤਾਂ ਘੱਟ ਕੇਲੇ ਨੇ, ਵੀ ਮੇਰੇ ਕੋਲ ਤਾਂ ਕੇਲੇ ਘੱਟ ਨੇ। ਹੁਣ ਇਹ ਉੱਤਰ ਦਿੱਤਾ ਵੀ ਮੈਂ ਤੈਨੂੰ ਕਿੱਥੋਂ ਦੇ ਦਾਂ, ਮੇਰੇ ਕੋਲ ਤਾਂ ਕੇਲੇ ਘੱਟ ਨੇ,
ਮਤਲਬ ਉਹ ਦੇਣਾ ਨਹੀਂ ਚਾਹੁੰਦਾ, ਉਹਨੂੰ ਲੱਗਦਾ ਮੇਰੇ ਕੋਲ ਤਾਂ ਪਹਿਲੀ ਘਾਟਾ ਤੈਨੂੰ ਕਿੱਥੋਂ ਦੇ ਦਿਆਂ ਬਈ। ਠੀਕ ਹੈ ਜੀ, ਉਹਦਾ ਉੱਤਰ ਇਹ ਆਇਆ, ਇਹਦਾ ਮਤਲਬ ਨੈਗੇਟਿਵ ਫੀਲਿੰਗ ਹੈ। ਫਿਊ ਦਾ ਮਤਲਬ ਤਾਂ ਸਾਰੇ ਕਿਤੇ ਘੱਟ ਹੀ ਰਹਿੰਦਾ, ਪਰ ਫੀਲਿੰਗ ਬਦਲੂਗੀ। ਹੁਣ ਅੱਗੇ ਆਪਾਂ ਦੇਖਦੇ ਹਾਂ ਫੀਲਿੰਗ ਕਿਵੇਂ ਬਦਲ ਰਹੀ ਆ। ਇੱਕ ਉੱਤਰ ਆਇਆ ਆਈ ਐਮ ਹੈਵਿੰਗ ਆ ਫਿਊ ਬਨਾਨਾਸ, ਉਹ ਕਹਿੰਦਾ ਮੇਰੇ ਕੋਲ ਥੋੜ੍ਹੇ ਜਿਹੇ ਕੁਝ ਕੁ ਕੇਲੇ ਹੈਗੇ ਆ। ਉਹਨੇ ਕਿਹਾ ਸੀ ਮੈਨੂੰ ਭੁੱਖ ਲੱਗੀ ਆ, ਉੱਧਰੋਂ ਜਵਾਬ ਆਇਆ ਕਿ ਮੇਰੇ ਕੋਲ ਥੋੜ੍ਹੇ ਜਾਂ ਕੁਝ ਕੁ ਕੇਲੇ ਹੈਗੇ ਆ। ਇਹਦਾ ਮਤਲਬ ਉਹ ਕੇਲੇ ਉਹਨੂੰ ਦੇ ਰਿਹਾ ਵੀ ਆਹ ਲੈ ਮੇਰੇ ਕੋਲ ਥੋੜ੍ਹੇ ਜਿਹੇ ਕੇਲੇ ਹੈਗੇ ਆ, ਚਾਹੇ ਇੱਕ ਆ ਚਾਹੇ ਦੋ ਆ ਚਾਹੇ ਤਿੰਨ ਆ, ਚੱਕ ਤੂੰ ਖਾ ਲੈ। ਮਤਲਬ ਪੋਜ਼ਿਟਿਵ ਫੀਲਿੰਗ ਆ ਰਹੀ ਹੈ। ਜਦੋਂ ਪੋਜ਼ਿਟਿਵ ਜਾਂ ਨਿਊਟਰਲ ਫੀਲਿੰਗ ਹੋਵੇ ਤਾਂ ਉੱਥੇ ਆਪਾਂ ਆ ਫਿਊ ਲਾਉਣਾ। ਸਮਝ ਗਏ ਜੀ ਗੱਲ? ਫਿਊ ਇਕੱਲਾ ਸਮਝ ਗਏ ਕਿੱਥੇ ਲੱਗੂ? ਜਦੋਂ ਐਂ ਕਹਿ ਰਿਹਾ ਮੇਰੇ ਕੋਲ ਤਾਂ ਘੱਟ ਆ ਬਈ, ਜਦੋਂ ਆਪਾਂ ਘੱਟ ਦੀ ਗੱਲ ਕਰੀਏ, ਅਸੀਂ ਥੋੜ੍ਹੇ ਜਿਹੇ ਪ੍ਰੈਸ਼ਰ 'ਚ ਹੋਈਏ, ਟੈਨਸ਼ਨ 'ਚ ਹੋਈਏ, ਨੈਗੇਟਿਵ ਮੂਡ 'ਚ ਹੋਈਏ, ਉਹ ਜਿਹੜਾ ਘੱਟ ਹੁੰਦਾ ਉੱਥੇ ਇਕੱਲਾ ਫਿਊ ਲੱਗਦਾ। ਜਦੋਂ ਆਪਾਂ ਆ ਫਿਊ ਕਹਿਣਾ ਹੋਵੇ, ਅਸੀਂ ਥੋੜ੍ਹੇ ਜਿਹੇ ਨਿਊਟਰਲ ਹੁੰਦੇ ਹਾਂ, ਨੋਰਮਲ ਜਾਂ ਪੋਜ਼ਿਟਿਵ ਫੀਲਿੰਗ ਹੁੰਦੀ ਆ। ਗੱਲ ਤਾਂ ਉਹ ਕਹਿ ਰਿਹਾ ਵੀ ਮੇਰੇ ਕੋਲ ਥੋੜ੍ਹੇ ਨੇ ਦੋਨੇ ਪਾਸੇ, ਪਰ ਇੱਥੇ ਜਿਹੜਾ ਉਹਦਾ ਮੂਡ ਆ ਥੋੜ੍ਹਾ ਜਿਹਾ ਪੋਜ਼ਿਟਿਵ ਹੈ। ਉਹ ਕਹਿੰਦਾ ਮੇਰੇ ਕੋਲ ਥੋੜ੍ਹੇ ਜਿਹੇ ਕੇਲੇ ਹੈਗੇ ਆ ਵੀ ਉਹਨੂੰ ਦੇਣੇ ਚਾਹੁੰਦਾ, ਚੱਕ ਖਾ ਦੂੰ। ਠੀਕ ਆ, ਹੁਣ ਅੱਗੇ ਆ ਗਿਆ ਦਾ ਫਿਊ। ਦਾ ਫਿਊ ਆਪਾਂ ਉੱਥੇ ਲਾਉਣੇ ਹੁੰਦੇ ਹਾਂ ਜਿੱਥੇ ਸਾਡੇ ਕੋਲ ਚੀਜ਼ ਤਾਂ ਥੋੜ੍ਹੀ ਆ, ਪਰ ਆਪਾਂ ਉਹ ਥੋੜ੍ਹੀ ਜਿਹੀ ਇਕੱਲੀ ਇਕੱਲੀ ਸਾਰੀ ਚੀਜ਼ ਦੀ ਗੱਲ ਕਰ ਰਹੇ ਹੋਈਏ। ਠੀਕ ਹੈ ਜੀ, ਉਹ ਕਹਿੰਦਾ ਆਈ ਹੈਵ ਈਟਨ ਦਾ ਫਿਊ ਬਨਾਨਾਜ਼ ਆਈ ਹੈਡ। ਦਾ ਫਿਊ ਦਾ ਮਤਲਬ ਇੱਥੇ ਉਹ ਬਣਿਆ ਵੀ ਕੇਲੇ ਤਾਂ ਉਹਦੇ ਕੋਲ ਚਾਹੇ ਘੱਟ ਸੀ, ਤਿੰਨ ਸੀ, ਚਾਰ ਸੀ, ਪਰ ਉਹ ਸਾਰੇ ਦੇ ਸਾਰੇ ਖਾ ਗਿਆ। ਦਾ ਫਿਊ, ਦਾ ਫਿਊ ਲੱਗ ਗਿਆ ਨਾ, ਮਤਲਬ ਜਿੰਨੇ ਵੀ ਹੈਗੇ ਸੀ ਇੱਕ ਇੱਕ ਕੇਲਾ ਉਹਨੇ ਸਾਰੇ ਮੁਕਾ ਤੇ। ਠੀਕ ਹੈ ਜੀ, ਤਿੰਨਾਂ ਦੇ ਵਿੱਚ ਮੈਨੂੰ ਲੱਗਦਾ ਵੀ ਤੁਹਾਨੂੰ ਫਰਕ ਆ ਜਿਹੜਾ ਉਹ ਸਮਝ ਆ ਗਿਆ ਹੋਊਗਾ। ਫਿਰ ਵੀ ਆਪਾਂ ਇਹ ਫਰਕ ਤੁਹਾਨੂੰ ਹੋਰ ਵਧੀਆ ਸਮਝ ਆ ਜੇ ਆਪਾਂ ਇੱਕ ਉਦਾਹਰਨ ਹੋਰ ਲੈ ਲਈ। ਹੁਣ ਮੰਨ ਲਓ ਗੱਲਾਂ ਚੱਲ ਰਹੀਆਂ ਨੇ ਕੋਈ ਕਿਤਾਬਾਂ ਦੀਆਂ, ਨੌਲੇਜ ਦੀਆਂ, ਕੋਈ ਫਿਲੋਸਫੀ ਵਾਲੀਆਂ ਕੋਈ ਵਧੀਆ ਗੱਲਾਂ ਚੱਲੀਆਂ ਆਉਂਦੀਆਂ ਨੇ, ਉਹਦੇ 'ਚੋਂ ਇੱਕ ਬੰਦਾ ਕਹਿੰਦਾ ਆਈ ਹੈਵ ਰੈਡ ਫਿਊ ਬੁੱਕਸ। ਹੁਣ ਉਹ ਕੀ ਕਹਿ ਰਿਹਾ? ਉਹਦਾ ਮੂਡ ਆ ਜਿਹੜਾ ਉਹ ਥੋੜ੍ਹਾ ਜਿਹਾ ਨੈਗੇਟਿਵ ਆ, ਮਤਲਬ ਵਿੱਚ ਉਹ ਰਿਸਪੋਂਸ ਨਹੀਂ ਦੇ ਰਿਹਾ ਜਾਂ ਉਹ ਵਿੱਚ ਆਪਦੀ ਕੋਈ ਗੱਲਬਾਤ ਰੱਖ ਨਹੀਂ ਰਿਹਾ। ਇਸ ਕਰਕੇ ਉਹ ਕਹਿ ਰਿਹਾ ਮੈਂ ਤਾਂ ਘੱਟ ਹੀ ਕਿਤਾਬਾਂ ਪੜ੍ਹੀਆਂ ਨੇ। ਫਿਊ ਦਾ ਮਤਲਬ ਤਾਂ ਘੱਟ ਹੀ ਹੈ, ਪਰ ਉਹ ਥੋੜ੍ਹਾ ਜਿਹਾ ਨੈਗੇਟਿਵ ਮੂਡ 'ਚ, ਲੋ ਮੂਡ 'ਚ ਵੀ ਯਾਰ ਮੈਂ ਕਿਤਾਬਾਂ ਘੱਟ ਹੀ ਪੜ੍ਹੀਆਂ ਨੇ। ਹੁਣ ਇੱਕ ਬੰਦੇ ਨੇ ਆਪਦਾ ਕੋਈ ਪੁਆਇੰਟ ਰੱਖਿਆ ਅਤੇ ਉਹਨੇ ਇਹ ਗੱਲ ਕਹੀ ਆਈ ਹੈਵ ਰੈਡ ਆ ਫਿਊ ਬੁੱਕਸ, ਉਹ ਪੋਜ਼ਿਟਿਵ ਫੀਲਿੰਗ 'ਚ ਆ, ਉਹ ਚਾਹੇ ਨਿਊਟਰਲ ਫੀਲਿੰਗ 'ਚ ਆ, ਪਰ ਉਹ ਕਹਿ ਰਿਹਾ ਮੈਂ ਕੁਝ ਕੁ ਕਿਤਾਬਾਂ ਪੜ੍ਹੀਆਂ ਨੇ ਵੀ ਉਹਨਾਂ ਦੇ ਵਿੱਚ ਉਹਨੂੰ ਆਹ ਪਤਾ ਲੱਗਿਆ ਚਾਹੇ ਆਹ ਪਤਾ ਲੱਗਿਆ, ਪਰ ਉਹ ਪੋਜ਼ਿਟਿਵ ਮੂਡ 'ਚ ਆ। ਠੀਕ ਹੈ ਜੀ, ਇੱਥੇ ਤਾਂ ਇਹ ਬੰਦਾ ਖੇੜਾ ਹੀ ਛਡਾ ਗਿਆ, ਕਹਿੰਦਾ ਮੈਂ ਤਾਂ ਘੱਟ ਹੀ ਕਿਤਾਬਾਂ ਪੜ੍ਹੀਆਂ, ਇੱਥੇ ਬੰਦਾ ਕਹਿੰਦਾ ਆਈ ਹੈਵ ਰੈਡ ਆ ਫਿਊ ਬੁੱਕਸ, ਕੁਝ ਕੁ ਪੜ੍ਹੀਆਂ ਨੇ, ਉਹਨਾਂ 'ਚੋਂ ਮੈਨੂੰ ਆਹ ਮਿਲਿਆ ਆਹ ਮਿਲਿਆ। ਗੱਲ ਇਕੱਲੀ ਮੂਡ ਦੀ ਆ, ਵਾਕ ਕੋਈ ਵੀ ਗਲਤ ਨਹੀਂ ਹੈਗਾ, ਦੋਨੇ ਠੀਕ ਨੇ। ਗੱਲ ਐਂ ਆ ਵੀ ਆਪਾਂ ਕਿਹੜੀ ਗੱਲ ਕਦੋਂ ਕਹਿ ਰਹੇ ਹਾਂ, ਜਾਂ ਜੇ ਇੱਥੇ ਲਿਖਿਆ ਹੋਇਆ ਵਾਕ ਆ ਤਾਂ ਆਪਾਂ ਉਹਨੂੰ ਤੋਂ ਕੀ ਪਤਾ ਲੱਗੂਗਾ ਵੀ ਬੰਦੇ ਦਾ ਕਹਿਣ ਵਾਲੇ ਦਾ ਮੂਡ ਕੀ ਹੈ। ਅੱਗੇ ਆ ਗਿਆ ਆਈ ਹੈਵ ਰੈਡ ਦਾ ਫਿਊ ਬੁੱਕਸ ਆਈ ਹੈਡ, ਉਹੀ ਦਾ ਫਿਊ ਦਾ ਮਤਲਬ, ਉਹ ਕਹਿੰਦਾ ਮੇਰੇ ਕੋਲ ਕਿਤਾਬਾਂ ਦਾ ਭਾਵੇਂ ਘੱਟ ਨੇ ਘਰੇ, ਪਰ ਮੈਂ ਜਿੰਨੀਆਂ ਹੈਗੀਆਂ ਸਾਰੀਆਂ ਪੜ੍ਹ ਚੁੱਕਿਆ। ਠੀਕ ਹੈ ਜੀ, ਮਤਲਬ ਸਾਰੀਆਂ ਕਿਤਾਬਾਂ ਦੀ ਗੱਲ ਹੀ ਕਰ ਰਿਹਾ। ਫਿਊ ਆ ਫਿਊ ਅਤੇ ਦਾ ਫਿਊ ਦੇ ਵਿੱਚ ਮੈਨੂੰ ਲੱਗਦਾ ਵੀ ਤੁਹਾਨੂੰ ਅੱਜ ਜਿਹੜਾ ਫਰਕ ਆ ਉਹ ਪੂਰੀ ਚੰਗੀ ਤਰ੍ਹਾਂ ਕਲੀਅਰ ਹੋ ਗਿਆ ਹੋਊਗਾ। ਅਤੇ ਇਸੇ ਤਰੀਕੇ ਦੇ ਨਾਲ ਹੀ ਲਿਟਲ ਆ ਲਿਟਲ ਅਤੇ ਦਾ ਲਿਟਲ ਹੁੰਦਾ, ਬਸ ਫਿਊ ਦੀ ਥਾਂ 'ਤੇ ਲਿਟਲ ਲਿਖ ਲਿਓ। ਅਤੇ ਲਿਟਲ ਆਪਾਂ ਨੂੰ ਪਤਾ ਕਿਹੜੀਆਂ ਚੀਜ਼ਾਂ ਵਾਸਤੇ ਵਰਤਿਆ ਜਾਂਦਾ, ਇੱਥੇ ਆਪਾਂ ਜੇ ਫਿਊ ਬਨਾਨਾ 'ਤੇ ਲਿਖਿਆ ਸੀਗਾ, ਫਿਊ ਬਨਾਨਾਸ ਕਿਉਂ ਲਿਖਿਆ? ਕਿਉਂਕਿ ਆਪਾਂ ਕੇਲਿਆਂ ਨੂੰ ਗਿਣ ਸਕਦੇ ਹਾਂ, ਜੇ ਇੱਥੇ ਦੋ ਬਨਾਨਾਸ ਤਿੰਨ ਬਨਾਨਾਸ ਲਿਖੀਏ ਤਾਂ ਉਹ ਠੀਕ ਹੈ। ਫਿਊ ਬੁੱਕਸ ਲਿਖਿਆ ਸੀ, ਜੇ ਇੱਥੇ ਚਾਰ ਜਾਂ ਪੰਜ ਬੁੱਕਸ ਲਿਖੀਏ ਤਾਂ ਉਹ ਠੀਕ ਆ, ਤਾਂ ਇੱਥੇ ਸਾਰਿਆਂ ਨਾਲ ਫਿਊ ਲੱਗਿਆ ਸੀ। ਹੁਣ ਲਿਟਲ ਕਿਹੜੀਆਂ ਚੀਜ਼ਾਂ ਨਾਲ ਲੱਗੂਗਾ ਉਹ ਆਪਾਂ ਇੱਥੇ ਕਰ ਲਿਆ, ਉਸੇ ਤਰੀਕੇ ਦੇ ਨਾਲ ਹੀ ਤੁਸੀਂ ਇਹ ਵਾਕ ਬਣਾ ਲੈਂਦੇ ਹਾਂ ਸਾਰੇ। ਲਿਟਲ ਆ ਲਿਟਲ ਅਤੇ ਦਾ ਲਿਟਲ 'ਤੇ ਵੀ ਸੇਮ ਰੂਲ ਲਾਗੂ ਹੋਣਗੇ। ਜੇ ਫਿਰ ਵੀ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਤਾਂ ਕਮੈਂਟ ਜ਼ਰੂਰ ਕਰਿਆ ਕਰੋ, ਕਮੈਂਟ ਕਰਕੇ ਪੁੱਛ ਲਿਆ ਕਰੋ। ਆਪਾਂ ਪੂਰੀ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਇਕੱਲੇ ਇਕੱਲੇ ਕਮੈਂਟ ਦਾ ਜੋ ਵੀ ਤੁਹਾਡੀ ਪ੍ਰੋਬਲਮ ਆ ਉਹਦਾ ਜਵਾਬ ਦੇਈਏ। ਇੱਕ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਜਿਹੜੀ ਵੀ ਨਵੀਂ ਵੀਡੀਓ ਆਵੇ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਅਤੇ ਤੁਹਾਨੂੰ ਪਤਾ ਲੱਗ ਜਾਵੇ। ਅਗਲੀ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ, ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।